ਸਾਡਾ ਇੱਕਦਾਂ ਦਾ ਬਹਿ ਜਾਂਦਾ ਹੁੰਦਾ ਗਦਾਲੇ ਵਿੱਚ, ਸ਼ੁਰੂ ਸ਼ੁਰੂ ਵਿੱਚ ਨਾ ਉਹਦੇ ਪੂਛਲੇ ਚੱਕ ਮਾਰੀਦਾ ਤੇ ਉੱਠ ਬਣਦਾ, ਹੌਲੀ ਹੌਲੀ ਉਹ ਚਾਪੜ ਹੋ ਗਿਆ, ਉਸ ਨੂੰ ਪੂਛਲੇ ਦੇ ਚੱਕ ਦਾ ਰੌਲਾ ਕੋਨਾ। ਉਹ ਅਸੀਂ ਹੁਣ ਬੈਠੇ ਤਾਂ ਨਾ ਗਦਾਲੇ ਦੇ ਉਸ ਚਿਕੜੇ ਵਿੱਚ ਨਾ ਉਹਦੇ ਸਿਰੇ ਤੇ ਹੱਥ ਦਰਕ ਸਿੰਘ ਦਬਾਈਦਾ ਨਾ ਤੇ ਉਹ ਚਿਕੜੇ ਚ ਉਹਦੀਆਂ ਨਾਸਾਂ ਤੇ ਉਹਦਾ ਮੂੰਹ ਡੋਬੀ ਖੋਲ ਨਾਲਾ ਖੋਲ ਸਕਣਾ ਖੋਲ ਨਾਲਾ ਖੋਲ। ਦੋ ਨੰਬਰ ਪੀਰ ਆਈ, ਪੀਰ ਆਪਣਾ ਨਿਗਾ ਜਿਹਾ ਉਜਰਾ ਜਿਹਾ ਬਣਾਏ ਆ, ਉਜਰੇ ਦੇ ਉੱਤੇ ਉਸ ਨਾ ਥੰਮੇ ਨਾਲ ਨਾ ਜਿਹੀ ਕਿੱਲੀ ਲਾ ਕੇ ਨਾ ਉਹਦੇ ਉੱਤੇ ਉਸ ਬੈਠਣਾ ਜਿਹਾ ਨਾ ਨਿਕਲਾ ਜਿਹਾ ਨਾਲਾ ਬੰਨੇ ਆ। ਜਿਹੜੀ ਬੀਬੀ ਦਮ ਕਰਾਉਣ ਆਵੇ ਨਾ, ਜਿਹੜੀ ਹੁਣ ਥੋੜ੍ਹੀ ਵੱਲ ਸਹੀ ਹੋਵੇ, ਗੰਦੀ ਮੰਦੀ ਨਾ ਹੋਵੇ, ਗਗੜੀ ਨਾ ਹੋਵੇ, ਥੋੜ੍ਹੀ ਠੀਕ ਹੋ ਤੇ ਉਹ ਆਖੇ ਆਪਾਂ ਗਾਟਾਂ ਝੂਮ ਕੇ ਆਖੇ ਖੋਲ ਨਾਲਾ ਖੋਲ। ਅਤੇ ਜਿਹੜੀ ਕੋਈ ਕਮਲੀ ਖੋਲ ਛੱਡੇ ਅੱਗੋਂ, ਮੈਂ ਹੁਣ ਅਗਲੀ ਗੱਲ ਨਹੀਂ ਕਰਦਾ। ਅਤੇ ਜਿਹੜੀ ਕੋਈ ਗਰੇ ਬੋਏ ਵਾਲੀ ਹੁੰਦੀ ਆਈ ਨਾ ਮਾਊ ਪਿਓ ਵਾਲੀ, ਅਤੇ ਉਹ ਅੱਗੋਂ ਜਖਦੀ ਜਖਦੀ ਆ ਨਹੀਂ ਆਈ ਬਾ ਕਰਮਾਲਿਆ, ਉਹ ਕੀ ਪੈਕ ਕਰਦੇ ਹੋ ਤੁਹਾਨੂੰ ਕਰਦਾਈ ਲਾਈ ਹੱਕ ਕਮੀਨੀ ਆਖਦਾ ਵਾ। ਆਪਣੀ ਨੀਤੀ ਤੇ ਜਾਨੀ ਹੈ, ਮੈਂ ਤੇਰੇ ਨਾਲੇ ਦੀ ਨਹੀਂ ਗੱਲ ਮਾਏ, ਉਹ ਉਤਲੇ ਨਾਲੇ ਦੀ ਗੱਲ ਹੈ, ਉਹ ਜਿਹੜਾ ਥੰਮੇ ਨਾਲ ਬੱਧਿਆ ਅੱਗੋਂ ਗੱਲ ਉਹ ਬਾਜੀ ਡਰ ਗਈ ਵਾਲੀ ਗੱਲ ਤੋਂ ਗੱਲ ਅੱਜ ਮੈਂ ਕਰਨੀ ਹੈ ਜੈਲੀ ਪੀਰਾਂ ਦੀ। ਅੱਗੇ ਮੇਰੇ ਉੱਤੇ ਤਰੇ ਵੀਡੀਓ ਬਣਾ ਚੁੱਕੀਆਂ ਡੇਢ ਸਾਲ ਪਹਿਲੋਂ, ਕਿਉਂਕਿ ਮੇਰੇ ਫਾਲੋਅਰ ਬਹੁਤ ਜ਼ਿਆਦਾ ਹੁਣ ਨਵੇਂ ਨੇ ਅਤੇ ਮੇਰੇ ਬਾਰ ਬਾਰ ਮੈਸੇਜ ਆ ਰਹੇ, ਸਭ ਤੋਂ ਜ਼ਿਆਦਾ ਇਸ 'ਤੇ ਬਾਈ ਕਰੀ ਜੈਲੀ ਪੀਰਾਂ 'ਤੇ ਬੋਲੋ ਅਤੇ ਸੱਸੇ ਬੇਗੈਰਤ ਲੋਕ ਨੇ ਆਪਣੀ ਧੀ ਭੈਣ ਇੱਕ ਗੈਰ ਮਰਦ ਕੋਲੋਂ ਮਰਵਾਉਂਦੇ ਨੇ, ਉਹ ਰਾਤ ਮਤਲਬ ਕਮਰੇ 'ਚੋਂ ਅਲੱਗ ਬੰਦ ਕਰਵਾ ਕੇ ਜਿੰਨ ਪੈ ਕਢਵਾਉਂਦੇ ਨੇ ਅਤੇ ਕੋਈ ਇਹਨਾਂ ਨੂੰ ਸ਼ਰਮ ਨਹੀਂ। ਇਹ ਕਰਦੇ ਕਿਉਂ ਆ? ਕੁਝ ਤਾਂ ਚਲੋ ਹੋ ਗਿਆ ਨਾ ਇਕਨੋਮਿਕਲ ਰੀਜ਼ਨ, ਮੈਂ ਗੱਲ ਤੇਜ਼ ਤੇਜ਼ ਕਰਨਾ ਪਿਆ ਵਾ, ਵੀਡੀਓ ਬਾਹਲੀ ਲੰਮੀ ਨਾ ਹੋ ਜਾਏ, ਪਰ ਡਾਕਟਰਾਂ ਨਾਲ ਸਾਡਾ ਜਾਣੇ 'ਤੇ ਦਿਲ ਨਹੀਂ ਕਰਦਾ। ਬੀਬੀਆਂ ਭੈਣਾਂ ਮਾਵਾਂ ਨੇ ਖਾਸ ਉਮਰ 'ਚੋਂ ਟੀਨੇਜਰੀ ਬਾਅਦ 'ਚੋਂ ਨਾ ਸਿਕਲੋਜੀਕਲ ਇਸ਼ੂ ਹੁੰਦੇ ਨੇ, ਇੱਕ ਬਿਮਾਰੀ ਹੁੰਦੀ, ਉਹਦਾ ਇਲਾਜ ਅਸੀਂ ਨਹੀਂ ਕਰਵਾ ਸਕਦੇ। ਅਸੀਂ ਪੀਰਾਂ 'ਤੇ ਸਾਈਆਂ ਵੱਲ ਟੁਰ ਪਾਉਂਦੇ ਹਾਂ ਬਾਏ, ਸੌਖਾ ਬਣ, ਕਿਉਂਕਿ ਉਹਦੇ ਵਿੱਚ ਅਕਸਰ ਡਰਾਮਾ ਵੀ ਹੁੰਦਾ, ਕਈ ਜਾਣ ਕੇ ਕਰਦੇ ਨਾਲ ਜੇਨ ਪਾਉਂਦਾ, ਉਂਝ ਹੁੰਦਾ ਇਹ ਹਕੀਕਤ 'ਚੋਂ ਡਿਪਰੈਸ਼ਨ ਹੈ। ਡਿਪਰੈਸ਼ਨ ਤੋਂ ਅੱਗੋਂ ਮੁੜੋ ਸਾਡਾ ਮੁਆਸ਼ਰਾ ਦਾ ਜਿੰਨ ਬਣਾ ਲੈ ਜੋ ਬਣਾ ਲੈ, ਗੱਲ ਇਹ ਨਾ ਔਰਤ ਨੂੰ ਔਰਤ ਹੀ ਔਖੀਆਂ ਕੀਤੇ ਆ, ਜੇ ਤਲੇ ਪ੍ਰੈਸ਼ਰ ਪਾਉਂਦਾ ਨਾ ਬਾਈ, ਦੀਆਂ 5-6 ਦੀਆਂ ਹੋ ਗਈਆਂ, ਪੁੱਤਰੇ ਦਾ ਅੱਗੋਂ ਦੇ ਤੇ ਬਾਈ ਨਾ ਹੋਇਆ ਨਾ ਤੇ ਛੁੱਟੀ ਜੇ ਦੀ ਹੈ, ਹਾਏ ਨੀ ਨਮਾਣੀ ਦੀਆਂ ਇੰਨੀਆਂ ਦੀਆਂ ਹੋ ਗਈਆਂ, ਇੰਨੀ ਅੱਲਾ ਵਾਸਤੇ ਵਾਲੀ ਹੋ ਗਈ, ਇੱਕ ਇਹ ਵਜ੍ਹਾ। ਦੂਜਾ ਜੇ ਤਲੇ ਔਲਾਦ ਨਹੀਂ ਹੁੰਦੀ ਉਹ ਵਜ੍ਹਾ, ਜੇ ਤਲੇ ਦੀ ਔਰਤ ਦਾ ਆਪਣਾ ਘਰ ਉੱਜੜਨੇ ਦਾ ਉਸ ਨੂੰ ਡਰ ਲੱਗਦਾ ਨਾ, ਉਸ ਵੇਲੇ ਮੁੜੋ ਇੰਤਹਾਈ ਕਦਮ ਉਠਾਉਂਦੀ, ਨਾ ਮੁੜੋ ਗੈਰਤ ਵੇਂਦੀ, ਨਾ ਇੱਜ਼ਤ, ਨਾ ਸ਼ਰਮ, ਉਸ ਆਪਣਾ ਘਰ ਉਸ ਵੇਲੇ ਬਛਾੜਾ ਹੁੰਦਾ ਮੁੜ ਭਾਵੇਂ ਜਿਵੇਂ ਵੀ। ਅਤੇ ਜਿਹੜੇ ਆ ਜੇਲੀ ਫੇਰ ਜਿਹੜਾ ਰਾਤੀ ਖਾਬ ਆ ਜਾਂਦਾ ਨਾ ਇਹਨਾਂ, ਨਿਜ਼ਰ ਹੋ ਜਾਂਦਾ ਪਾਕਿਸਤਾਨ ਨੇ, ਚੱਲ ਬਹਿ ਵੀ ਉਹਦੇ ਮੈਂ ਸਾਈ ਹੋ ਗਿਆ, ਮੈਂ ਨੀਲਮ ਲਾਭ ਗਿਆ, ਉਹਨਾਂ ਦੀਆਂ ਮੌਜਾਂ ਲਾਭ ਜਾਂ ਬਣ ਜਾਂਦੀਆਂ। ਲੁਟੀਣਾ ਬੰਦ ਕਰੋ, ਦੀਆਂ ਭੈਣਾਂ 'ਤੇ ਪ੍ਰੈਸ਼ਰ ਪਾਉਣੇ ਬੰਦ ਕਰੋ, ਅਤੇ ਆ ਜੇਲੀ ਪੀਰਾਂ ਕੋਲੋਂ ਆਪਣੀ ਨਾ ਇੱਜ਼ਤ ਦਾਨਤ ਲੁਟਵਾਉਣੀ ਬੰਦ ਕਰੋ। ਹੁਣ ਵੀਡੀਓ ਵੀ ਬਣੀਆਂ ਫੇਕ ਉਹ ਬਣਾ ਲੈਂਦੇ ਨੇ, ਅੱਗੋਂ ਦੁਆਨ ਬਲੈਕਮੇਲ ਕਰਦੇ ਨੇ। ਹਾਂ ਇੱਕ ਗੱਲ ਮੈਂ ਇੱਥੇ ਜ਼ਰੂਰ ਕਰੀ ਜਲਸਾ, ਮੈਂ ਅਸਲੀ ਪੀਰਾਂ ਦੀ ਗੱਲ ਨਹੀਂ ਕਰਦਾ, ਜਿਹੜੇ ਗੱਦੀ ਨਸ਼ੀਨ ਜਿਹੜੇ ਖਾਨਦਾਨੀ ਪੀਰ ਨੇ, ਬੜੇ ਬੜੇ ਆਲ ਮਤਲਬ ਮੌਲਾਨਾ ਆਲਮ, ਜਿਨ੍ਹਾਂ ਦੀ ਵਜ੍ਹਾ ਤੋਂ ਇਸ ਦੁਨੀਆ 'ਤੇ ਸਾਡੇ ਇਲਾਕੇ 'ਚ ਇਸਲਾਮ ਫੈਲਿਆ, ਅੱਛੇ ਲੋਕ ਵੀ ਮੌਜੂਦ ਨੇ, ਪਰ ਅਕਸਰੀਅਤ ਜੈਲੀ ਪੀਰਾਂ ਦੀ ਹੈ। ਮੇਰੀਆਂ ਪਿਛਲੀਆਂ ਸ਼ੁਰੂ ਦੀਆਂ ਵੀ ਵੀਡੀਓ ਪੀਰਾਂ ਦੇ ਬਾਰੇ ਵੇਖੋ ਅਤੇ ਇਹ ਵੀ, ਅਤੇ ਜਿਹੜੀ ਆ ਕੁੜੀਆਂ ਜੇਨ ਪਾਉਂਦੇ ਨਾ ਇਹ ਡਿਪਰੈਸ਼ਨ, ਇਹਦਾ ਇਲਾਜ ਕਰਾਓ, ਪੀਰਾਂ ਵੱਲ ਨਾ ਵਜਿਆ ਕਰੋ, ਇੱਥੇ ਆ ਸੱਸਦੇ ਰਹੋ ਵਸਦੇ ਰਹੋ, ਉੱਚੀਆਂ ਟਾਲਾਂ ਹੀ ਰਹੋ। ਸਾਡਾ ਇੱਕਦਾਂ ਦਾ ਬਹਿ ਜਾਂਦਾ ਹੁੰਦਾ ਗਦਾਲੇ ਵਿੱਚ, ਸ਼ੁਰੂ ਸ਼ੁਰੂ ਵਿੱਚ ਨਾ ਉਹਦੇ ਪੂਛਲੇ ਚੱਕ ਮਾਰੀਦਾ ਅਤੇ ਉੱਠ ਬਣਦਾ, ਹੌਲੀ ਹੌਲੀ ਉਹ ਚਾਪੜ ਹੋ ਗਿਆ, ਉਸ ਨੂੰ ਪੂਛਲੇ ਦੇ ਚੱਕ ਦਾ ਰੌਲਾ ਕੋਨਾ। ਉਹ ਅਸੀਂ ਹੁਣ ਬੈਠੇ ਤਾਂ ਨਾ ਗਦਾਲੇ ਦੇ ਉਸ ਚਿਕੜੇ ਵਿੱਚ ਨਾ ਉਹਦੇ ਸਿਰੇ ਤੇ ਹੱਥ ਦਰਕ ਸਿੰਘ ਦਬਾਈਦਾ ਨਾ ਅਤੇ ਉਹ ਚਿਕੜੇ 'ਚ ਉਹਦੀਆਂ ਨਾਸਾਂ ਅਤੇ ਉਹਦਾ ਮੂੰਹ ਡੋਬੀਦਾ, ਉਹਦਾ ਸਾਹ ਬੰਦ ਹੁੰਦਾ ਅਤੇ ਉੱਠ ਕੇ ਬਾਜ ਵਗਦਾ। ਇੰਜ ਨਾ ਮਿਹਨਤ ਵਾਡੇ ਨਾਲ ਕਰਨਾ ਪਵੇ, ਤੁਸੀਂ ਵੀ ਉਹ ਦੰਦੇ ਆ ਰਹੇ ਵੀਡੀਓ ਸ਼ੇਅਰ ਕਰੋ, ਮੇਰੀਆਂ ਕਰਦੇ ਚਾਹ ਸੁਨੇਰੇ ਲੈਂਦੇ ਹੋ, ਮੈਂ ਨਾਸਾਂ ਮੂੰਹ ਤੁਹਾਡਾ ਬੋਠ ਨਾ ਕਰਨਾ ਪਵੇ। ਇੱਥੇ ਗੱਲ ਨੱਕ ਲੈਂਦੇ ਹਾਂ, ਕੋਈ ਗੱਲ ਗਲਤ ਲੱਗੀ ਹੋਵੇ ਦਰਗੁਜ਼ਰ ਫਰਮਾਉਣਾ, ਰੱਬ ਸੁਣਦੇ ਵਾਲੇ ਗੱਲ ਗੌਰ ਕਰਨਾ।